ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾਵਲੋਂ 4 ਮਈ 1990 ਨੂੰ ਪੂਨਾ ਦੀ ਜੇੜਵੜਾ ਜੇਲ੍ਹ ਚੋਂ ਭਾਰਤੀ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੇ ਇੱਕ ਹੋਰ ਅੰਸ਼ ਵਿੱਚ ਕੁਝ ਗੱਲਾਂ ਖਾਲਸਾ ਪੰਥਨਾ ਸੰਗਤਾਂ ਦੇ ਸਨਮੁਖ ਹੈ ਹੁਣ ਅਸੀਂ ਆਪਣੇ ਖਾਲਸਾ ਪੰਥ ਨੂੰ مخاطਬ ਹੋਣ ਦੀ ਇਜਾਜ਼ਤ ਚਾਹੁੰਦੇ ਹਾਂ ਖਾਲਸਾ ਪੰਥ ਦੀਆਂ ਆਵਾਜ਼ਾਂ ਬਹੁਤ ਹੀ ਵਿਖਮ ਹਨ ਇਹ ਪੈਂਦਾ ਖੰਨੀਓ ਤਿੱਖਾ ਤੇ ਵੱਲੋਂ ਨਿਕਾ ਹੈ ਬਾਦ ਖਾਲਸਾ ਪੰਥ ਨੇ ਹਰ ਹੀਲੇ ਆਪਣੀ ਮਹਾਨ ਜੱਦੋਜਾਹਿਦ ਦੇ ਮੌਲਿਕ ਤੇ ਸ਼ੁੱਧ ਸਰੂਪ ਨੂੰ ਕਾਇਮ ਰੱਖਣਾ ਹੈ ਉਸ ਦੀ ਸਮੁੱਚੀ ਜੱਦੋਜਾਹਿਦ ਉੱਚੀ ਸਤ ਵਿੱਚ ਰੰਗਿਆ ਅਜੇਹਾ ਇੱਕ ਇਲਾਹੀ ਸਫਰ ਹੈ ਜਿਸ ਵਿੱਚ ਉਸ ਦੀ ਲਿਵ ਗੁਰੂ ਗ੍ਰੰਥ ਸਾਹਿਬ ਨਾਲ ਲਗਾਤਾਰ ਜੁੜੀ ਹੋਈ ਹੁੰਦੀ ਹੈ ਭਾਵੇਂ ਮਨੁੱਖੀ ਗਿਣਤੀਆਂ ਦੇ ਕਹਿ ਸਾਹਮਣੇ ਆਖ ਲੋਨ ਤੇ ਭਾਵੇਂ ਦੁਸ਼ਮਣ ਪ੍ਰਕਰਾਹਤ ਦੀ ਕੋਈ ਕਸਦ ਬਾਕੀ ਨਾ ਛੱਡੇ ਤਾਂ ਵੀ ਅਜਿਹਿਆਂ ਭਿਆਨਕ ਤੋਂ ਭਿਆਨਕ ਵਹਿਸ਼ੀਆਂ ਨਾਲ ਹਾਲਤਾਂ ਵਿੱਚ ਖਾਲਸਾ ਪੰਥ ਨੇ ਆਪਣਾ ਜਬਤ ਧਰਮਾਂ ਤੇ ਸਹਿਜ ਟੁੱਟ ਨਹੀ ਦੇਣਾ ਅਤੇ ਬੀਤੇ ਵਿੱਚ ਸੂਬੀਰ ਸਿੰਘਾਂ ਵੱਲੋਂ ਸ਼ਹੀਦੀਆਂ ਦੇ ਕੇ ਸਾਫਤ ਕੀਤੀਆਂ ਰਵਾਇਤਾਂ ਨੂੰ ਕਾਇਮ ਰੱਖਣਾ ਹੈ ਦੁਸ਼ਮਣ ਵੱਲੋਂ ਕੀਤੀ ਹਿੰਸਾ ਦੇ ਮੁਕਾਬਲੇ ਖਾਲਸੇ ਦੀ ਹਿੰਸਾ ਖੁਦਾਈ ਸਿਫਤਾਂ ਅਤੇ ਆਤਮਿਕ ਵਰਦਾਨ ਨਾਲ ਮਾਲਾ-ਮਾਲ ਹੁੰਦੀ ਹੈ ਖਾਲਸੇ ਨੇ ਆਪਣੀ ਜੱਦੋਜਾਹ ਦੇ ਵਿੱਚ اخلاق ਦੀ ਖੂਬਸੂਰਤੀ ਨੂੰ ਇਹੋ ਜਿਹਾ ਰੱਬੀ ਰੰਗ ਦੇਣਾ ਹੈ ਕਿ ਜੇ ਤੂੰ ਦੁਸ਼ਮਣ ਦੀ ਜ਼ਮੀਰ ਉੱਤੇ ਵੀ ਆਪਣੇ ਕਿਸੇ ਗੁਨਾਹ ਦਾ ਬੋਝ ਪੈ ਜਾਏ ਇਹ ਖਲਾਕੀ ਕਿਰਸ਼ਮਾ ਤਾਂ ਹੀ ਸੰਭਵ ਹੈ ਜੇਕਰ ਖਾਲਸੇ ਦੀ ਗੁਰੂ ਲੇਵ ਤੇ ਗੁਰੂ ਗ੍ਰੰਥ ਸਾਹਿਬ ਦਾ ਆਪਸੀ ਤਾਲ ਨਾ ਟੁੱਟੇ ਇਹੋ ਸਾਡੀ ਮੁਖ ਧਾਰਾ ਹੈ ਤੇ ਖਾਲਸਾਣ ਦੀ ਮੰਜ਼ਲ ਵੱਲ ਜਾਣ ਲਈ ਇਹੋ ਸਾਡੀ ਪ੍ਰੇਰਨਾ ਤੇ ਆਤਮਿਕ ਬਲ ਦਾ ਸੋਮਾ ਹੈ ਜੇਕਰ ਖਾਲਸੇ ਦੀ ਗੁਰੂ ਲੇਵ ਅਤੇ ਗੁਰੂ ਗ੍ਰੰਥ ਸਾਹਿਬ ਵਿਚਲਾ ਤਾਲ ਹੀ ਖਾਲਸੇ ਦੀ ਮੁਖ ਧਾਰਾ ਹੈ ਤਾਂ ਇਸ ਮੁਖ ਧਾਰਾ ਨਾਲ ਗੂੜੀਆਂ ਮੁਹੱਬਤਾ ਕਰਨ ਵਾਲੇ ਜਝਾਰੂਆਂ ਨਾਲ ਵੀ ਦੋ ਗੱਲਾਂ ਕਰਨੀਆਂ ਜ਼ਰੂਰੀ ਹਨ ਅਜਿਹਾ ਇਸ ਲਈ ਹੈ ਕਿ ਕਿਉਂਕਿ ਇਤਿਹਾਸ ਦੇ ਇਸ ਭਿਆਨਕ ਸੰਕਟ ਵਿੱਚ ਇਹੋ ਖਾਲਸੇ ਦਾ ਹਲਾਵਲ ਦੱਸਤਾ ਹਨ ਇਹੋ ਆਕਾਲ ਪੁਰਖ ਦੀ ਫੌਜ ਹੈ ਇਹੋ ਖਾਲਸੇ ਦੀ ਸ਼ੁੱਧ ਚੇਤਨਾ ਦੇ ਪਹਿਰੇਦਾਰ ਹਨ ਅਤੇ ਸਾਨੂੰ ਵੀ ਉਹਨਾਂ ਦਾ ਨਗੂਣਾ ਹਿੱਸਾ ਬਣਨ ਦਾ ਮਾਣ ਹਾਸਲ ਹੈ ਠੀਕ ਹੈ ਸਾਡਾ ਵਾਹ ਵਾਸਤਾ ਇੱਕ ਵੱਡੀ ਸੰਸਾਦੀ ਸਲਤਨਤ ਨਾਲ ਹੈ ਜਿਸ ਕੋਲ ਦੁਨਿਆਵੀ ਵਸੀਲੇ ਹਨ ਵਿਗਿਆਨਕ ਤਬਦੀਲੀਆਂ ਦੇ ਹੜ੍ਹਾਂ ਦਾ ਗਰਵਾ ਹੈ ਅਕਲ ਤੇ ਅਮਲ ਨੂੰ ਥਕਾ ਦੇਣ ਵਾਲੇ ਬਾਦ ਹਨ ਸਾਡੇ ਵਿੱਚ ਕੁਸਪੈਟ ਕਰਕੇ ਸਾਨੂੰ ਕਮਜ਼ੋਰ ਕਰਨੀਆਂ ਜਸੂਸੀ ਚਾਲਾਂ ਹਨ ਖਿਆਲਾਂ ਦੀਆਂ ਚੰਬਤ ਉਡਾਰੀਆਂ ਹਨ ਤਿਸ ਤੋਂ ਵੀ ਵੱਧ ਸਰੀਰਾਂ ਦੇ ਲਸ਼ਕਰ ਹਨ ਪਰ ਫਿਰ ਕੀ ਹੋਇਆ ਠੀਕ ਹੈ ਸਰੀਰਾਂ ਨੇ ਲੜਨਾ ਹੈ ਪਰ ਬਾਦਸ਼ਾਹੀਆਂ ਸਰੀਰਾਂ ਦੇ ਜੋਰ ਨਾਲ ਨਹੀਂ ਕੰਬਦੀਆਂ ਸਗੋਂ ਖਾਲਸੇ ਦੀ ਰੂਹ ਦੇ ਜੋਰ ਨਾਲ ਕੰਬਦੀਆਂ ਹਨ ਇਹ ਖਾਲਸੇ ਦੀ ਰੂਹਾਨੀ ਸ਼ਾਨਦਾਰੀ ਬਲੀ ਸੀ ਬਲ ਸੀ ਕਿ ਮੁੱਠੀ ਭੱਜ ਸਿੰਘ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜਾਂ ਨੂੰ ਝੁਕਾ ਰਹੇ ਸਨ ਪਿਛਲੇ ਇੱਕ ਦਹਾਕੇ ਵਿੱਚ ਬ੍ਰਾਹਮਣੀ ਵਿਚਾਰਧਾਰਾਂ ਨਾਲ ਰੰਗੀ ਹੋਈ ਹਕੂਮਤ ਬਦੋਤ ਅਸਾਂ ਸ਼ਹੀਦਿਆਂ ਦੀ ਇੱਕ ਛੜੀ ਹੀ ਤਾਂ ਲਾ ਦਿੱਤੀ ਹੈ ਚੌਂ ਕੋਂਟਾਂ ਵਿੱਚ ਸਾਡੀ ਜੈਜਾ ਕਾਲ ਹੈ ਹੁਣ ਗੱਲ ਕੇਵਲ ਖਾਲਿਸਤਾਨ ਦੀ ਸੰਭਾਵਨਾ ਉੱਤੇ ਹੀ ਕੇਂਦਰਤ ਨਹੀਂ ਹੈ ਸਗੋਂ ਭਾਰਤ ਦੇ ਕਈ ਖਿੱਤਿਆਂ ਵਿੱਚ ਸਦੀਆਂ ਤੋਂ ਦੱਬੀਆਂ ਕੁਚਲੀਆਂ ਕੌਮਾਂ ਆਜ਼ਾਦੀ ਲਈ ਮਦਦਾਰ ਵਿੱਚ ਨਿੱਤਰ ਆਈਆਂ ਹਨ ਵਿਸ਼ੇਸ਼ ਕਰਕੇ ਦਲਿਤਪਰਾ ਬ੍ਰਾਹਮਣਵਾਦ ਦੇ ਅਸਰ ਤੋਂ ਮੁਕਤ ਹੋ ਰਹੇ ਹਨ ਅਖੌਤੀ ਏਕਤਾ ਤੇ ਖੰਡਤਾ ਦੀ ਹਾਲ ਪਾ ਰਿਆ ਉਹਨਾਂ ਉੱਤੇ ਕੋਈ ਅਸਰ ਨਹੀਂ ਕਰਦਾ ਉਹਨਾਂ ਨੇ ਇਸ 나ਦੇ ਵਿੱਚ ਲੁਕੀ ਅਦੂਪ ਚਾਲ ਨੂੰ ਸਮਝ ਲਿਆ ਹੈ ਪਰ ਇਹਨਾਂ ਪ੍ਰਾਪਤੀਆਂ ਦੇ ਬਾਵਜੂਦ ਵੀ ਅਸੀਂ ਵੱਡੀਆਂ ਕਮਜ਼ੋਰੀਆਂ ਤੇ ਗਲਤੀਆਂ ਤੋਂ ਮੁਕਤ ਨਹੀਂ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਵਲੋਂ 4 ਮਈ 1990 ਨੂੰ ਪੂਨਾ ਦੀ ਜੇੜਵਦਾ ਜੇਲ੍ਹ ਚੋਂ ਭਾਰਤੀ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੇ ਇੱਕ ਹੋਰ ਅੰਸ਼ ਵਿੱਚ ਕੁਝ ਗੱਲਾਂ ਖਾਲਸਾ ਪੰਥਨਾ ਸੰਗਤਾਂ ਦੇ ਸਨਮੁਖ ਹੈ ਹੁਣ ਅਸੀਂ ਆਪਣੇ ਖਾਲਸਾ ਪੰਥ ਨੂੰ مخاطਬ ਹੋਣ ਦੀ ਇਜਾਜ਼ਤ ਚਾਹੁੰਦੇ ਹਾਂ ਖਾਲਸਾ ਪੰਥ ਦੀਆਂ ਆਵਾਜ਼ਾਂ ਬਹੁਤ ਹੀ ਵਿਖਮ ਹਨ ਇਹ ਪੰਗਾ ਖੰਨਿਓ ਤਿੱਖਾ ਤੇ ਵੱਲੋਂ ਨਿਕਾ ਹੈ ਪਰ ਖਾਲਸਾ ਪੰਥ ਨੇ ਹਰ ਹੀਲੇ ਆਪਣੀ ਮਹਾਨ ਜੱਦੋਜਾਹਿਦ ਦੇ ਮੌਲਿਕ ਤੇ ਸ਼ੁੱਧ ਸਰੂਪ ਨੂੰ ਕਾਇਮ ਰੱਖਣਾ ਹੈ ਉਸ ਦੀ ਸਮੁੱਚੀ ਜੱਦੋਜਾਹਿਦ ਉੱਚੀ ਸੁੱਤ ਵਿੱਚ ਰੰਗਿਆ ਅਜਿਹਾ ਇੱਕ ਇਲਾਹੀ ਸਫਰ ਹੈ ਜਿਸ ਵਿੱਚ ਉਸ ਦੀ ਲਿਵ ਗੁਰੂ ਗ੍ਰੰਥ ਸਾਹਿਬ ਨਾਲ ਲਗਾਤਾਰ ਜੁੜੀ ਹੋਈ ਹੁੰਦੀ ਹੈ ਭਾਵੇਂ ਮਨੁੱਖੀ ਗਿਣਤੀਆਂ ਦੇ ਕਹਿ ਸਾਹਮਣੇ ਆਖ ਲੋਨ ਤੇ ਭਾਵੇਂ ਦੁਸ਼ਮਣ ਪ੍ਰਕਰਾਹਤ ਦੀ ਕੋਈ ਕਸਦ ਬਾਕੀ ਨਾ ਛੱਡੇ ਤਾਵੀ ਅਜਿਹਿਆਂ ਭਿਆਨਕ ਤੋਂ ਭਿਆਨਕ ਵਹਿਸ਼ੀਆਨਾ ਹਾਲਤਾਂ ਵਿੱਚ ਖਾਲਸਾ ਪੰਥ ਨੇ ਆਪਣਾ ਜਬਤ ਧਰਮਾਂ ਤੇ ਸਹਿਜ ਟੁੱਟਣ ਨਹੀਂ ਦੇਣਾ ਅਤੇ ਬੀਤੇ ਵਿੱਚ ਸੂਰਬੀਰ ਸਿੰਘਾਂ ਵੱਲੋਂ ਸ਼ਹੀਦੀਆਂ ਦੇ ਕੇ ਸਾਫਤ ਕੀਤੀਆਂ ਰਵੈਤਾਂ ਨੂੰ ਕਾਇਮ ਰੱਖਣਾ ਹੈ ਦੁਸ਼ਮਣ ਵੱਲੋਂ ਕੀਤੀ ਹਿੰਸਾ ਦੇ ਮੁਕਾਬਲੇ ਖਾਲਸੇ ਦੀ ਹਿੰਸਾ ਖੁਦਾਈ ਸਿਫਤਾਂ ਅਤੇ ਆਤਮਿਕ ਵਰਦਾਨ ਦਾ ਮਾਲਾਮਾਲ ਹੁੰਦੀ ਹੈ ਖਾਲਸੇ ਨੇ ਆਪਣੀ ਜੱਦੋਜਾਹ ਦੇ ਵਿੱਚ اخلاق ਦੀ ਖੂਬਸੂਰਤੀ ਨੂੰ ਇਹੋ ਜਿਹਾ ਰੱਬੀ ਰੰਗ ਦੇਣਾ ਹੈ ਜੇ ਜੇ ਤੂੰ ਦੁਸ਼ਮਨ ਦੀ ਜ਼ਮੀਰ ਉੱਤੇ ਵੀ ਆਪਣੇ ਕਿਸੇ ਗੁਨਾਹ ਦਾ ਬੋਝ ਪੈ ਜਾਏ ਇਹ ਖਲਾਕੀ ਕਿਰਸ਼ਮਾ ਤਾਂ ਹੀ ਸੰਭਵ ਹੈ ਜੇਕਰ ਖਾਲਸੇ ਦੀ ਗੁਰੂ ਲੇਵ ਅਤੇ ਗੁਰੂ ਗ੍ਰੰਥ ਸਾਹਿਬ ਦਾ ਆਪਸੀ ਤਾਲ ਨਾ ਟੁੱਟੇ ਇਹੋ ਸਾਡੀ ਮੁਖਤਾਰਾ ਹੈ ਤੇ ਖਾਲਸਾਣ ਦੀ ਮੰਜ਼ਲ ਵੱਲ ਜਾਣ ਲਈ ਇਹੋ ਸਾਡੀ ਪ੍ਰੇਰਨਾ ਤੇ ਆਤਮਿਕ ਬਲ ਦਾ ਸੋਮਾ ਹੈ ਜੇਕਰ ਖਾਲਸੇ ਦੀ ਗੁਰੂ ਲੇਵ ਅਤੇ ਗੁਰੂ ਗ੍ਰੰਥ ਸਾਹਿਬ ਵਿਚਲਾ ਤਾਲ ਹੀ ਖਾਲਸੇ ਦੀ ਮੁਖਤਾਰਾ ਹੈ ਤਾਂ ਇਸ ਮੁਖਤਾਰਾ ਨਾਲ ਗੂੜੀਆਂ ਮੁਹੱਬਤਾ ਕਰਨ ਵਾਲੇ ਜਝਾੜੂਆਂ ਨਾਲ ਵੀ ਦੋ ਗੱਲਾਂ ਕਰਨੀਆਂ ਜ਼ਰੂਰੀ ਹਨ ਅਜਿਹਾ ਇਸ ਲਈ ਹੈ ਕਿ ਕਿਉਂਕਿ ਇਤਿਹਾਸ ਦੇ ਇਸ ਭਿਆਨਕ ਸੰਕਟ ਵਿੱਚ ਇਹੋ ਖਾਲਸੇ ਦਾ ਹਲਾਵਲ ਦਸਤਾ ਹਨ ਇਹੋ ਆਕਾਲ ਪੁਰਖ ਦੀ ਫੌਜ ਹੈ ਇਹੋ ਖਾਲਸੇ ਦੀ ਸ਼ੁੱਧ ਚੇਤਨਾ ਦੇ ਪਹਿਲਦਾਰ ਹਨ ਅਤੇ ਸਾਨੂੰ ਵੀ ਉਹਨਾਂ ਦਾ ਨਗੂਣਾ ਹਿੱਸਾ ਬਣਨ ਦਾ ਮਾਣ ਹਾਸਲ ਹੈ ਠੀਕ ਹੈ ਸਾਡਾ ਵਾਹਵਾਸਤਾ ਇੱਕ ਵੱਡੀ ਸੰਸਾਦੀ ਸਲਤਨਤ ਨਾਲ ਹੈ ਜਿਸ ਕੋਲ ਦੁਨਿਆਵੀ ਵਸੀਲੇ ਹਨ ਵਿਗਿਆਨਕ ਤਬਦੀਲੀਆਂ ਦੇ ਹੜ੍ਹਾਂ ਦਾ ਗਵਾਹ ਹੈ ਅਕਲ ਤੇ ਅਮਲ ਨੂੰ ਥਕਾ ਦੇਣ ਵਾਲੇ ਬਾਦ ਹਨ ਸਾਡੇ ਵਿੱਚ ਕੁਸਪੈਟ ਕਰਕੇ ਤਾਨੂੰ ਕਮਜ਼ੋਰ ਕਰਨੀਆਂ ਜਸੂਸੀ ਚਾਲਾਂ ਹਨ ਖਿਆਲਾਂ ਦੀਆਂ ਚੰਬਤ ਉਡਾਰੀਆਂ ਹਨ ਤੈਸ ਤੋਂ ਵੀ ਵੱਧ ਸਰੀਰਾਂ ਦੇ ਲਸ਼ਕਰ ਹਨ ਪਰ ਫਿਰ ਕੀ ਹੋਇਆ ਠੀਕ ਹੈ ਸਰੀਰਾਂ ਦੇ ਲੜਨਾ ਹੈ ਪਰ ਬਾਦਸ਼ਾਹੀਆਂ ਸਰੀਰਾਂ ਦੇ ਜੋਰ ਨਾਲ ਨਹੀਂ ਕੰਬਦੀਆਂ ਸਗੋਂ ਖਾਲਸੇ ਦੀ ਰੂਹ ਦੇ ਜੋਰ ਨਾਲ ਕੰਬਦੀਆਂ ਹਨ ਇਹ ਖਾਲਸੇ ਦੀ ਰੂਹਾਨੀ ਸ਼ਾਨਦਾਰੀ ਬਲੀ ਸੀ ਬਲ ਸੀ ਕਿ ਮੁੱਠੀ ਭੱਜ ਸਿੰਘ ਜਮਕੋਲ ਦੀ ਗਲੀ ਵਿੱਚ 10 ਲੱਖ ਫੌਜਾਂ ਨੂੰ ਚੁਕਾ ਰਹੇ ਸਨ ਪਿਛਲੇ ਇੱਕ ਦਹਾਕੇ ਵਿੱਚ ਬ੍ਰਾਹਮਣੀ ਵਿਚਾਰਧਾਰਾਂ ਦਾ ਰੰਗੀ ਹੋਈ ਹਕੂਮਤ ਵਿਰੋਧ ਅਸਾਂ ਸ਼ਹੀਦੀਆਂ ਦੀ ਇੱਕ ਛੜੀ ਹੀ ਤਾਂ ਲਾ ਦਿੱਤੀ ਹੈ ਚੌਂ ਕੁਂਟਾਂ ਵਿੱਚ ਸਾਡੀ ਜੈਜਾ ਕਾਲ ਹੈ ਹੁਣ ਗੱਲ ਕੇਵਲ ਖਾਲਿਸਤਾਨ ਦੀ ਸੰਭਾਵਨਾ ਉੱਤੇ ਹੀ ਕੇਂਦਰਿਤ ਨਹੀਂ ਹੈ ਸਗੋਂ ਭਾਰਤ ਦੇ ਕਈ ਖਿੱਤਿਆਂ ਵਿੱਚ ਸਦੀਆਂ ਤੋਂ ਦੱਬੀਆਂ ਕੁਚਲੀਆਂ ਕੌਮਾਂ ਆਜ਼ਾਦੀ ਲਈ ਮਦਦਾਰ ਵਿੱਚ ਨੇਤਰ ਆਈਆਂ ਹਨ ਵਿਸ਼ੇਸ਼ ਕਰਕੇ ਦਲਿਤ ਭਰਾ ਬ੍ਰਾਹਮਣਵਾਦ ਦੇ ਅਸਰ ਤੋਂ ਮੁਕਤ ਹੋ ਰਹੇ ਹਨ ਅਖੌਤੀ ਏਕਤਾ ਤੇ ਅਖੰਡਤਾ ਦੀ ਹਾਲ ਪਾ ਰਿਆ ਉਹਨਾਂ ਉੱਤੇ ਕੋਈ ਅਸਰ ਨਹੀਂ ਕਰਦਾ ਉਹਨਾਂ ਨੇ ਇਸ ਨਾਦੇ ਵਿੱਚ ਲੁਕੀ ਅਦੂਪ ਚਾਲ ਨੂੰ ਸਮਝ ਲਿਆ ਹੈ ਪਰ ਇਨ੍ਹਾਂ ਪ੍ਰਾਪਤੀਆਂ ਦੇ ਬਾਵਜੂਦ ਵੀ ਅਸੀਂ ਵੱਡੀਆਂ ਕਮਜ਼ੋਰੀਆਂ ਤੇ ਗਲਤੀਆਂ ਤੋਂ ਮੁਕਤ ਨਹੀਂ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾਵਲੋਂ 4 ਮਈ 1990 ਨੂੰ ਪੂਨਾ ਦੀ ਜੇੜਵਦਾ ਜੇਲ੍ਹ ਚੋਂ ਭਾਰਤੀ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੇ ਇੱਕ ਹੋਰ ਅੰਸ਼ ਕੁਝ ਗੱਲਾਂ ਖਾਲਸਾ ਪੰਥਨਾ ਸੰਗਤਾਂ ਦੇ ਸਨਮੁਖ ਹੈ ਹੁਣ ਅਸੀਂ ਆਪਣੇ ਖਾਲਸਾ ਪੰਥ ਨੂੰ ਮੁਖਾਤਬ ਹੋਣ ਦੀ ਇਜਾਜ਼ਤ ਚਾਹੁੰਦੇ ਆ ਖਾਲਸਾ ਪੰਥ ਦੀਆਂ ਆਵਾਜ਼ਾਂ ਬਹੁਤ ਹੀ ਵਿਖਮ ਹਨ ਇਹ ਪੈਂਗਾ ਖੰਨਿਓ ਤਿੱਖਾ ਤੇ ਵਾਲੋਂ ਨਿਕਾ ਹੈ ਪਰ ਖਾਲਸਾ ਪੰਥ ਨੇ ਹਰ ਹੀਲੇ ਆਪਣੀ ਮਹਾਨ ਜੱਦੋਜਾਹਤ ਦੇ ਮੌਲਿਕ ਤੇ ਸ਼ੁੱਧ ਸਰੂਪ ਨੂੰ ਕਾਇਮ ਰੱਖਣਾ ਹੈ ਉਸ ਦੀ ਸਮੁੱਚੀ ਜੱਦੋਜਾਹਤ ਉੱਚੀ ਸੁੱਤ ਵਿੱਚ ਰੰਗਿਆ ਅਜਿਹਾ ਇੱਕ ਇਲਾਹੀ ਸਫਰ ਹੈ ਜਿਸ ਵਿੱਚ ਉਸ ਦੀ ਲਿਵ ਗੁਰੂ ਗ੍ਰੰਥ ਸਾਹਿਬ ਨਾਲ ਲਗਾਤਾਰ ਜੁੜੀ ਹੋਈ ਹੁੰਦੀ ਹੈ ਭਾਵੇਂ ਮਨੁੱਖੀ ਗਿਣਤੀਆਂ ਦੇ ਕਹਿ ਸਾਹਮਣੇ ਆਖ ਲੋਨ ਤੇ ਭਾਵੇਂ ਦੁਸ਼ਮਣ ਪ੍ਰਕਾਹਤ ਦੀ ਕੋਈ ਕਸਦ ਬਾਕੀ ਨਾ ਛੱਡੇ ਤਾਂ ਵੀ ਅਜਿਹਿਆਂ ਭਿਆਨਕ ਤੋਂ ਭਿਆਨਕ ਵਹਿਸ਼ੀਆਂ ਨਾਲ ਹਾਲਤਾਂ ਵਿੱਚ ਖਾਲਸਾ ਪੰਥ ਨੇ ਆਪਣਾ ਜਬਤ ਧਰਮਾਂ ਤੇ ਸਹਿਜ ਟੁੱਟਣ ਨਹੀਂ ਦੇਣਾ ਅਤੇ ਬੀਤੇ ਵਿੱਚ ਸੂਰਬੀਰ ਸਿੰਘਾਂ ਵੱਲੋਂ ਸ਼ਹੀਦੀਆਂ ਦੇ ਕੇ ਸਾਫਤ ਕੀਤੀਆਂ ਰਵੈਤਾਂ ਨੂੰ ਕਾਇਮ ਰੱਖਣਾ ਹੈ ਦੁਸ਼ਮਣ ਵੱਲੋਂ ਕੀਤੀ ਹਿੰਸਾ ਦੇ ਮੁਕਾਬਲੇ ਖਾਲਸੇ ਦੀ ਹਿੰਸਾ ਖੁਦਾਈ ਸਿਫਤਾਂ ਅਤੇ ਆਤਮਿਕ ਵਰਦਾਨ ਦਾ ਮਾਲਾ-ਮਾਲ ਹੁੰਦੀ ਹੈ ਖਾਲਸੇ ਨੇ ਆਪਣੀ ਜੱਦੋਜਾਇਦ ਵਿੱਚ اخلاق ਦੀ ਖੂਬਸੂਰਤੀ ਨੂੰ ਇਹੋ ਜਿਹਾ ਰੱਬੀ ਰੰਗ ਦੇਣਾ ਹੈ ਕਿ ਜੇ ਤੂੰ ਦੁਸ਼ਮਣ ਦੀ ਜ਼ਮੀਰ ਉੱਤੇ ਵੀ ਆਪਣੇ ਕਿਸੇ ਗੁਨਾਹ ਦਾ ਬੋਝ ਪੈ ਜਾਏ ਇਹ اخਲਾਕੀ ਕ੍ਰਿਸ਼ਮਾ ਤਾਂ ਹੀ ਸੰਭਵ ਹੈ ਜੇਕਰ ਖਾਲਸੇ ਦੀ ਗੁਰੂ ਲੇਵ ਅਤੇ ਗੁਰੂ ਗ੍ਰੰਥ ਸਾਹਿਬ ਦਾ ਆਪਸੀ ਤਾਲ ਨਾ ਟੁੱਟੇ ਇਹੋ ਸਾਡੀ ਮੁਖਤਾਰਾ ਹੈ ਤੇ ਖਾਲਸਾਣ ਦੀ ਮੰਜ਼ਲ ਵੱਲ ਜਾਣ ਲਈ ਇਹੋ ਸਾਡੀ ਪ੍ਰੇਰਨਾ ਤੇ ਆਤਮਕ ਬਲ ਦਾ ਸੋਮਾ ਹੈ ਜੇਕਰ ਖਾਲਸੇ ਦੀ ਗੁਰੂ ਲੇਵ ਅਤੇ ਗੁਰੂ ਗ੍ਰੰਥ ਸਾਹਿਬ ਵਿਚਲਾ ਤਾਲ ਹੀ ਖਾਲਸੇ ਦੀ ਮੁਖਤਾਰਾ ਹੈ ਤਾਂ ਇਸ ਮੁਖਤਾਰਾ ਨਾਲ ਗੂੜੀਆਂ ਮੁਹਬਤਾ ਕਰਨ ਵਾਲੇ ਜਝਾੜੂਆਂ ਨਾਲ ਵੀ ਦੋ ਗੱਲਾਂ ਕਹਨੀਆਂ ਜ਼ਰੂਰੀ ਹਨ ਅਜਿਹਾ ਇਸ ਲਈ ਹੈ ਕਿ ਕਿਉਂਕਿ ਇਤਿਹਾਸ ਦੇ ਇਸ ਭਿਆਨਕ ਸੰਕਟ ਵਿੱਚ ਇਹੋ ਖਾਲਸੇ ਦਾ ਹਰਾਵਲ ਦੱਸਤਾ ਹਨ ਇਹੋ ਆਕਾਲ ਪੁਰਖ ਦੀ ਫੌਜ ਹੈ ਇਹੋ ਖਾਲਸੇ ਦੀ ਸ਼ੁੱਧ ਚੇਤਨਾ ਦੇ ਪਹਿਰੇਦਾਰ ਹਨ ਅਤੇ ਸਾਨੂੰ ਵੀ ਉਹਨਾਂ ਦਾ ਨਗੂਣਾ ਹਿੱਸਾ ਬਣਨ ਦਾ ਮਾਣ ਹਾਸਲ ਹੈ ਠੀਕ ਹੈ ਸਾਡਾ ਵਾਹਵਾਸਤਾ ਇੱਕ ਵੱਡੀ ਸੰਸਾਦੀ ਸਲਤਨਤ ਨਾਲ ਹੈ ਜਿਸ ਕੋਲ ਦੁਨਿਆਵੀ ਵਸੀਲੇ ਹਨ ਵਿਗਿਆਨਕ ਤਬਦੀਲੀਆਂ ਦੇ ਹੜ੍ਹਾਂ ਦਾ ਗਦਾਵਾ ਹੈ ਅਕਲ ਤੇ ਅਮਲ ਨੂੰ ਥਕਾ ਦੇਣ ਵਾਲੇ ਬਾਦ ਹਨ ਸਾਡੇ ਵਿੱਚ ਕੁਸਪੈਟ ਕਰਕੇ ਸਾਨੂੰ ਕਮਜ਼ੋਰ ਕਰਨੀਆਂ ਜਸੂਸੀ ਚਾਲਾਂ ਹਨ ਖਿਆਲਾਂ ਦੀਆਂ ਚੰਬਤ ਓੜਾੜੀਆਂ ਹਨ ਤੇ ਇਸ ਤੋਂ ਵੀ ਵੱਧ ਸਰੀਰਾਂ ਦੇ ਲਸ਼ਕਰ ਹਨ ਪਰ ਫਿਰ ਕੀ ਹੋਇਆ ਠੀਕ ਹੈ ਸਰੀਰਾਂ ਦੇ ਲੜਨਾ ਹੈ ਪਰ ਬਾਦਸ਼ਾਹੀਆਂ ਸਰੀਰਾਂ ਦੇ ਜੋਰ ਨਾਲ ਨਹੀਂ ਕੰਬਦੀਆਂ ਸਗੋਂ ਖਾਲਸੇ ਦੀ ਰੂਹ ਦੇ ਜੋਰ ਨਾਲ ਕੰਬਦੀਆਂ ਇਹ ਖਾਲਸੇ ਦੀ ਰੂਹਾਨੀ ਸ਼ਾਨਦਾਰੀ ਬਲ ਸੀ ਬਲ ਸੀ ਕਿ ਮੁੱਠੀ ਭੱਜ ਸਿੰਘ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜਾਂ ਨੂੰ ਝੁਕਾ ਰਹੇ ਸਨ ਪਿਛਲੇ ਇੱਕ ਦਹਾਕੇ ਵਿੱਚ ਬ੍ਰਾਹਮਣੀ ਵਿਚਾਰਧਾਰਾਂ ਨਾਲ ਰੰਗੀ ਹੋਈ ਹਕੂਮਤ ਬਦੋਤ ਅਸਾਂ ਸ਼ਹੀਦਿਆਂ ਦੀ ਇੱਕ ਛੜੀ ਹੀ ਤਾਂ ਲਾ ਦਿੱਤੀ ਹੈ ਚੌਂ ਕੁਂਟਾ ਵਿੱਚ ਸਾਡੀ ਜੈਜਾ ਕਾਲ ਹੈ ਹੁਣ ਗੱਲ ਕੇਵਲ ਖਾਲਿਸਤਾਨ ਦੀ ਸੰਭਾਵਨਾ ਉੱਤੇ ਹੀ ਕੇਂਦਰਿਤ ਨਹੀਂ ਹੈ ਸਗੋਂ ਭਾਰਤ ਦੇ ਕਈ ਖਿੱਤੇਆਂ ਵਿੱਚ ਸਦੀਆਂ ਤੋਂ ਦੱਬੀਆਂ ਕੁਚਲੀਆਂ ਕੌਮਾਂ ਆਜ਼ਾਦੀ ਲਈ ਮਦਦਾਂ ਵਿੱਚ ਨਿੱਤਰ ਆਈਆਂ ਹਨ ਵਿਸ਼ੇਸ਼ ਕਰਕੇ ਦਲਤਪਰਾ ਬ੍ਰਾਹਮਣਵਾਦ ਦੇ ਅਸਰ ਤੋਂ ਮੁਕਤ ਹੋ ਰਹੇ ਹਨ ਅਖੌਤੀ ਏਕਤਾ ਤੇ ਖੰਡਤਾ ਦੀ ਹਾਲ ਪਾੜਿਆ ਉਹਨਾਂ ਉੱਤੇ ਕੋਈ ਅਸਰ ਨਹੀਂ ਕਰਦਾ ਉਹਨਾਂ ਨੇ ਇਸ ਨਾਦੇ ਵਿੱਚ ਲੁਕੀ ਅਦੂਪ ਚਾਲ ਨੂੰ ਸਮਝ ਲਿਆ ਹੈ ਪਰ ਇਹਨਾਂ ਪ੍ਰਾਪਤੀਆਂ ਦੇ ਬਾਵਜੂਦ ਵੀ ਅਸੀਂ ਵੱਡੀਆਂ ਕਮਜ਼ੋਰੀਆਂ ਤੇ ਗਲਤੀਆਂ ਤੋਂ ਮੁਕਤ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ